ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 사ਸੰਗਤ ਲੜੀਵਾਰ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ ਇਸ ਪ੍ਰੋਗਰਾਮ ਦੇ ਤਹਿਤ ਜਿੱਥੇ ਅਸੀਂ ਲੜੀਵਾਰ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾ ਕੇ 1947 ਦੇ ਸੰਤਾਪ ਦੇ ਹੰਡਾਇ ਬਜ਼ੁਰਗਾਂ ਦੇ ਅਸੀਂ ਛੋਟ ਇੰਟਰਵਿਊਜ਼ ਕਰ ਰਹੇ ਹਾਂ ਇਸ ਸੰਬੰਧ ਦੇ ਵਿੱਚ ਅੱਜ ਸਾਨੂੰ ਪੁੰਚ ਆਉਣ ਦਾ ਜਿਹੜਾ ਹੈ ਮੌਕਾ ਮਿਲਿਆ ਇੱਥੇ ਆ ਕੇ 1947 ਦੇ ਜਿੱਥੇ ਸੰਤਾਪ ਕਰ ਰਹੇ ਸੀ ਉੱਥੇ ਇੱਕ ਸਤਿਗੁਰ ਦੀ ਕਿਰਪਾ ਦਾ ਸਦਕਾ ਜਿਹੜੀ ਅੱਜ ਸਮਾਜ ਦੇ ਵਿੱਚ ਸਾਡੀਆਂ ਘਾਟਾਂ ਨੇ ਕਿ ਅੱਜ ਸਮਾਜ ਦੇ ਵਿੱਚ ਜਿਹੜੇ ਪਰਿਵਾਰ ਇਕੱਠੇ ਮਿਲ ਕੇ ਰਹਿਣਾ ਇਹ ਸਾਂਝਾਂ ਜਿਹੜੀਆਂ ਨੇ ਬਹੁਤ ਘਟ ਨੇ ਬੇਸ਼ੱਕ ਅੱਜ ਦੇ ਸਮੇਂ ਅਸੀਂ ਬਹੁਤ ਅਮੀਰ ਹੋ ਗਏ ਆ ਸਾਡੇ ਘਰ-ਬਾਰ ਬਹੁਤ ਵਧੀਆ ਬਣ ਗਏ ਪਰ ਸੱਚ ਜਾਣਿਓ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ ਉਹਨਾਂ ਸਮੇਂ 'ਚ ਇੱਕ ਇੱਕ ਕਮਰਾ 8 8 9 9 ਜਿਹੜੇ ਸੀ ਇਕੱਠੇ ਰਹਿ ਰਹੇ ਸੀ ਬੜੀ ਖੁਸ਼ੀ ਹੋਈ ਇਸ ਪਰਿਵਾਰ ਦੇ ਵਿੱਚ ਆ ਕੇ ਕਿ ਇਹ ਸਾਰਾ ਪਰਿਵਾਰ ਇਕੱਠਾ ਮਿਲ ਕੇ ਜਿਹੜਾ ਰਹਿੰਦਾ ਸੋ ਮਨ ਦੇ ਵਿੱਚ ਖੁਸ਼ੀ ਹੋਈ ਜਿੱਥੇ ਬਜ਼ੁਰਗਾਂ ਦਾ ਇੰਟਰਵਿਊ ਕਰਨਾ ਹੈ ਉਥੇ ਨਾਲ ਹੀ ਨਾਲ ਸਾਰਾ ਪਰਿਵਾਰ ਜਿਹੜਾ ਉਹਨਾਂ ਦੀ ਇਕੱਠੀ ਜੜੀ ਹੈ ਉਹ ਵੀਡੀਓ ਬਣਾਵਾ ਸੋ ਆਓ ਮਾਤਾ ਜੀ ਨਾਲ ਵਿਚਾਰ ਕਰਦੇ ਹੁਣ 1947 ਦਾ ਸੰਤਾਪ ਇਹਨਾਂ ਨੇ ਆਪਣੇ ਪਿੰਡੇ ਤੇ ਕਿਦਾਂ ਡਾ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੀ ਉਹ ਠੀਕ ਠਾਕ ਦਿਆ ਠੀਕ ਠਾਕ ਤੁਸੀਂ ਸਿਹਤ ਬਲਦੀ ਐ ਇੱਕਦਮ ਹਾਂ ਜੀ ਠੀਕ ਬਿਲਕੁਲ ਠੀਕ ਹੈ ਤੁਹਾਨੂੰ ਖੁਸ਼ੀ ਹੋ ਵਾਲੀ ਨਹੀਂ ਸਾਰਾ ਟੱਬਰ ਕੋਲ ਬੈਠਾ ਨਾ ਜੀ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਐ ਨਾਲ ਤੁਹਾਨੂੰ ਹੀ ਮੁਬਾਰਕ ਹੋਣੀ ਚਾਹੀਨੀ ਕਿ ਜਿਹੜਾ ਤੁਸੀਂ ਸਾੜੇ ਕੀ ਦੇਖਣੇ ਵਾਸਤੇ ਆਇਓ ਸਾੜਿਆਂ ਲੋਕਾਂ ਕੋਲ ਗੱਲਾਂ ਸੁਣਨ ਵਾਸਤੇ ਆਏ ਹਾਂ ਤੁਹਾਡੇ ਨੂੰ ਇਹ ਲੱਗ ਲੱਗ ਮੋਾਰ ਕੋਣੀ ਜਾਈਨੀ ਤੇ ਪਹਿਲਾਂ ਜੁਰਗਿਆਂ ਕੋਲ ਸੁਣਨੀ ਮਾਰੇ ਮੈਂ ਬੜੀ ਮਿਹਨਤ ਸਾਰਾ ਪਰਿਵਾਰ ਇਕੱਠਾ ਕਰੀ ਕਰਸਾਂ ਅੱਛਾ ਮਾਤਾ ਜੀ ਮਾਰ ਰਿਆਂ ਗੱਪਸ਼ਪ ਪਹਿਲੇ ਮੈਂ ਤੁਸ ਸੁਣਾ ਤੁਹਾਡਾ ਨਾਂ ਕਹਦਾ ਮੇਰਾ ਨਾਂ ਲਜਿਆ ਕੋਰ ਵੀ ਹੈ ਤੇ ਮੇਰਾ ਨਾਂ ਪੇਕੀਆ ਨਾ ਕੁਸ਼ਲਿਆ ਕੋਰ ਵੀ ਹੈ ਤੁਸ ਸੁਣਾ ਇਹ ਪਹਿਲੇ ਰਿਵਾਜ ਸਾਹਿਬ ਹੀ ਤੋਂ ਨਾ ਰੱਖਨੇ ਪਹਿਲਾ ਰਿਵਾਜ ਹੋਇਆ ਉਹ ਪੇਕੀਆ ਨਾ ਜਿੱਲੇ ਸ਼ਾਦੀ ਹੋਈ ਤਫਰ ਉਹਨੇ ਉਹ ਨਾਮ ਬਦਲੀ ਥੱਲੇ ਜਿਆ ਕੋਰ ਰੱਖਿਆ ਮੇਰੇ ਸੋਹਰੇ ਅੱਛਾ ਚਲੋ ਅਸਪੇ ਪੇਕੇ ਦਾ ਸ਼ੁਰੂ ਕਰ ਰਿਹਾ ਨਾ ਸੋਹਰੇ ਇਹਨੇ ਅੱਛਾ ਮੇਰਾ ਸੱਚਾ ਤੁਹਾੜਾ ਪਿਤਾ ਜੀ ਨੇ ਕਿਹਨਾਂ ਦਾ ਮੇਰੇ ਪਿਓ ਦਾ ਨਾਮ ਬ੍ਰਹਮ ਸਿੰਘ ਹੁਣ ਜੋਸ਼ ਨੇ ਦੱਸਿਆ ਸੀ ਗੱਲ ਤੁਸੀਂ ਇਹ ਲੀਡਰਸਨ ਉਹ ਬੜੇ ਮੰਨੇ ਨੇ ਲੀਡਰ ਅੱਛਾ ਅੱਛਾ ਸੋਹਰੇ ਪਾਪੇ ਦਾ ਨਾਂ ਇਹ ਸੀ ਉਹ ਮੇਰੇ ਪਿਤਾ ਜੀ ਦਾ ਨਾਮ ਲੈਣੇ ਸਨ ਉਹ ਜਿਨ੍ਹਾਂ ਲੀਡਰਾਂ ਦਾ ਨਾਮ ਉਹਨਾਂ ਲਿਆ ਸੀ ਉਹ ਰਾਤੀ ਸਾਢੇ ਘਰ ਕਚਹਿਰੀਆਂ ਪੰਚਾਇਤਾਂ ਕਰਨੇ ਸਨ ਕਿ ਅਸਾਂ ਰਫੀ ਜੀ ਲੋਕਾਂ ਵਾਸਤੇ ਕਿਆ ਕਿਆ ਸੋਚ ਵਿਚਾਰ ਕਰਨੀ ਅਸੀਂ ਐਤ ਸਤੂ ਛੋਟੇ ਛੋਟੇ ਹੋਣਦੇ ਹਾਂ ਇਹਨਾਂ ਸਾਰੇ ਤੋਂ ਪਾਪੀ ਮੰਨੇ ਪਰ ਮਨੇ ਲਿਖੇ ਬੜੇ ਮਨੇ ਦੱਸ ਦੇਣਾ ਕਿ ਨਾ ਸਦਾਜੀ ਨਾ ਦਾਦੇ ਨਾ ਨਾ ਤੁਹਾਨੂੰ ਪਤਾ ਮੇਰੇ ਨੇ ਮਾਮਲੀ ਮੈਂ ਤੇੜੀ ਯਾਦ ਕੀਤਾ ਅਸਾਂ ਕਿਸੇ ਕੋਲ ਪੁੱਛਿਆ ਨਹੀਂ ਸਾਡੇ ਪਿਤਾ ਜੀ ਨਹੀਂ ਕਿਤਾਬਾਂ ਲਿਖੀਆਂ ਪੜੀਆਂ ਇੱਥੇ ਬੰਦ ਨਲਮਾਰੀ ਮੇਰਾ ਭਰਾ ਜਰਨੈਲ ਸਿੰਘ ਹੈ ਜੰਮੂ ਹੈ ਫਿਰ ਅਸੇ ਇਤਨੀ ਕੋਈ ਸੋਚ ਹੀ ਨਹੀਂ ਸੀ ਕਿ ਕਿਸੇ ਕੋਲ ਕੋਈ ਗੱਲ ਪੁੱਛੀ ਹੈ ਆਪਣੇ ਮਨ ਵਿੱਚ ਜਿਹੜੀ ਗੱਲ ਕੋਈ ਯਾਦ ਆਈ ਤਾਂ ਰੱਖੀ ਤਾਂ ਜਿਹੜੀ ਨਹੀਂ ਆਈ ਅੱਛਾ ਗੱਲ ਸੁਣਾ ਫਿਰ ਵੀ ਜਿਹੜੇ ਤੁਹਾਡੇ ਦਾਦੇ ਸੇ ਉਹ ਵੀ ਕੋਈ ਲੀਡਰ ਸੇ ਜਾਂ ਨਹੀਂ ਉਹ ਸਨ ਨੰਬਰਦਾਰ ਉਹ ਦੂ ਬੋਲਨੇ ਰਹਿਣਾ ਸਾਨੂੰ ਸਾਡੇ ਬਡੇ ਪਿਓ ਬੋਲਣਾ ਰਹਿਣਾ ਸੀ ਕਿ ਐਸਾੜਾ ਪਿਓ ਨੰਬਰਦਾਰ ਸੀ ਮੇਰਾ ਨਾਨਾ ਵੀ ਨੰਬਰਦਾਰ ਸੀ ਉਹਨਾਂ ਦਾ ਨਾਂ ਵੀ ਪ੍ਰੇਮ ਸਿੰਘ ਸੀ ਉਹਨਾਂ ਦਾ ਰਹਿਣਾ ਬਹਿਣਾ ਇਸ ਲਾਪੋਰ ਕੈਂਪ ਹੈ ਮੇਰੇ ਮਾਵੇਂ ਚਾਰ ਸਨ ਮੇਰੇ ਮਾਵੇਂ ਇੱਕ ਨਾਨਾ ਕੈਂਪ ਸਿੰਘ ਸੀ ਇੱਕ ਨਾਨਾ ਮੋਣ ਸਿੰਘ ਸੀ ਤੇ ਨਹੀਂ ਕਿ ਮਾਵੇਂ ਕਹਿੰਨਾ ਅਸੀਂ ਵੀ ਕਿਓ ਬਿੱਟੂ ਨੇ ਪਿਓ ਨਾ ਆ ਦੋ ਮਾਵੇਂ ਨਾ ਯਾਦ ਨਹੀਂ ਹੈ ਤਾਂ ਦੋਨਾਂ ਯਾਦ ਅੱਛਾ ਕੋਈ ਗੱਲ ਨਹੀਂ ਜਿੰਨੇ ਵੀ ਚਿੱਤੇ تھے ਅੱਛਾ ਗੱਲ ਸੁਣਾ ਤੁਹਾਡੇ ਪਪਾ ਜੀ ਕੰਮ ਕਾ ਕਰਨੇ ਸੀ ਕਮ ਜਿਆਦਾਤਰ ਉਹ ਲੀਡਰ ਹੀ ਸਨ ਜ਼ਿੰਮੇਵਾਰੀ ਵੀ ਸਾਰੇ ਕੋਲ ਥੋੜੀ ਥੋੜੀ ਆਈ ਐ ਇਸੇ ਜ਼ਿਲ੍ਹੇ ਸੰਤਾਲੀ ਵਿੱਚ ਆਏ ਤੇ ਜ਼ਿਲ੍ਹਾ ਥੋੜੇ ਵਹਾਲ ਹੋਇਆ ਤਾਂ ਉਹ ਜਮੀਨਾਂ ਵੀ ਖੋਜ ਕਰਨ ਲੱਗੇ ਤੇ ਜਿਆਦਾ ਉਹ ਉਸ ਪਾਸੇ ਧਿਆਨ ਦਿੱਲੀ ਪਬਲਿਕ ਨਹੀਂ ਹੋਗੀ ਪਬਲਿਕ ਦਾ ਪਰ ਸਾਇਆ ਸੜਾ ਪਿੰਡ ਕੜਾ ਸਾ ਪਿੱਛੇ ਕੜਾ ਲਾਕਾ ਸਾ ਸੜਾ ਤੁਰਦਾਨੇ ਨੇ ਸੇ ਮੇਰੇ ਕਲ ਚ ਦਿਧਾਨੇ ਨੇ ਸਾਵਰੀਏ ਸੇ ਅੱਛਾ ਸਾ ਇਹ ਤਾਂ ਪਿਓ ਦਾ ਨੜੀਓ ਲੈਣਾ ਸਾ ਦਾਦ ਦਾ ਮੇਰਾ ਨੜੀਓ ਲੈਣਾ ਨੜੀਓ ਲਾ ਵੀ ਇਸੀ ਪਲੰਦਰੀ ਚ ਪੈਣਾ ਸਾ ਸੁਣਦੇ ਸੀ ਇਧਰੇ ਪੂਰੇ ਪੈਣਾ ਸੀ ਉਹ ਅਸਾਂ ਧਿਆਨ ਨਾਲ ਗੱਲ ਨਹੀਂ ਪੁੱਛੀ ਕਿਸੇ ਕੋਲ ਨੂੰ ਤੇ ਨਾ ਜਿਹੜੀਆਂ ਗੱਲਾਂ ਸੁਣਾ ਸੋਰੀ ਦਥਾਨੇ ਨੇ ਹਾਂ ਸੋਰੀ ਦਥਾਨੇ ਨੇ ਅੱਛਾ ਤੇ ਗੱਲ ਸੁਣਾ ਉੱਤਾ ਤੁਸੀਂ ਕੋਈ ਹੋਸ਼ ਥੀ ਮਾੜੀ ਮੋਟੀ ਮਕਾਨ ਤੋਂ ਰਹਿਣ ਸੀ ਕੋਈ ਨਹੀਂ ਕੋਈ ਨਹੀਂ 1.5 ਸਾਲ ਨਹੀਂ ਮੈਂ ਘਰੋਂ ਆਈ ਹਾਂ ਸੰਗਾ ਹਾਂ ਛੋਟੇ ਅੱਛਾ ਉਹ ਤੁਸੀਂ ਨਹੀਂ ਲੀਨੀ ਸੀ ਅੱਛਾ ਗੱਲ ਸੁਣਾ ਜਿਲ੍ਹਾ ਇਤਾਇਤ ਪੁੱਛਾ ਨਹੀਂ ਪੁੱਛ ਥੋੜਾ ਕਰ ਕੋਥੇ ਸਹਿਤਾ ਇੱਥੇ ਹਸਪਤਾਲ ਕੋਲ ਹੀ ਸੀ ਸਾਡਾ ਸੀਟੀ ਵੀ ਇੱਕ ਹੀ ਘਰ ਸਾਰੇ ਇੱਥੇ ਸਨ ਤਾਂ ਤੁਸੀਂ ਕਿਨੇ ਪੈਨ ਪ੍ਰਾਸਿਆ? ਆ ਸੀ ਪੰਜ ਪੈਨਾਂ ਦਾ ਦੋ ਪ੍ਰਾਸ। ਇਹ ਪ੍ਰਾ ਕਿਹੜੇ ਜਰਨੈਲ ਸਿੰਘ? ਆ ਇੱਕ ਜਰਨੈਲ ਸਿੰਘ ਆ ਕਿੱਥੇ ਅੰਮਰ ਸਿੰਘ ਪੀਏ ਚ ਹੈ। ਤੇ ਪੈਨਾ ਪੈਣਾ ਪੰਜੰਤ ਰਾਜ ਜੰਮੂਨ ਤੇ ਦੋ ਅਸੀਂ ਇਥੇ ਆ ਅੱਛਾ ਗੱਲ ਸੁਣਾ ਕੋਕਿਓਰੇ ਪੁੱਛਾ ਤਾਂ ਉਹਨੇ ਜਿੰਤਰੀ ਇਹਦੇ ਰਿਸ਼ਤੇਦਾਰ ਕੋ ਬਣਾ ਨਾ ਆਪਣਾ ਵੀ ਮਾਰਾ ਮਾਮਾ ਰਿਸ਼ਤੇਦਾਰੀ ਫਿਰ ਬੜੀ ਹੈ ਨਾ ਇਹ ਬੜੀ ਰਿਸ਼ਤੇਦਾਰੀ ਦੇ ਉਹ ਜਿੰਨੇ ਕੋਲ ਤੁਸੀਂ ਮੀਰਾ ਸਾਹਿਬ ਨਾ ਲਿਆ ਤੋ ਸੋਰੀ ਨਾ ਡੱਬਰ ਹੈ ਇਸ ਤਰ੍ਹਾਂ ਅਜੇ ਤਰਾ ਮਾਰੇ ਅੱਗੇ ਆਈਏ ਕਾ ਨਮਾ ਮੇਰਾ ਇਹਨਾਂ ਵਿੱਚ ਯਾਰ ਲੜਕੀਆਂ ਦੋ ਹਨ ਆ ਉਥੇ ਵੀ ਇਹ ਨੇ ਉਹਨਾਂ ਦਾ ਪਰਿਵਾਰ ਹੋਈ ਆ ਕਾਫੀ ਇਸ ਤਰ੍ਹਾਂ ਪੈਣਾ ਹਨ ਪਣੀਏ ਹਨ ਮਜ਼ਲ ਰਿਸ਼ਤੇਦਾਰੀ ਫਿਰ ਬਣੀ ਨਹੀਂ ਹੈ ਥੋੜੀ ਅਗਲੀ ਜਿਆਦਾ ਬਣੀ ਨਹੀਂ ਸਮਝੋ ਕੋਈ ਨਾ ਕੋਈ ਰਿਸ਼ਤੇਦਾਰ ਆਈ ਹੈ ਹੁਣ ਤਾਰੇ ਹੋਰ ਇਹਨਾਂ ਨਾਂ ਤੁਸੀਂ ਦੱਸਿਆ ਸੀ ਜਗਿੰਦਰ ਨਾ ਉਹ ਵੀ ਜੇਠ ਦੇਵਰ ਹਨ ਅੱਛਾ ਇਸ ਤਰ੍ਹਾਂ ਰਿਸ਼ਤੇਦਾਰੀਆਂ ਬੜੀਆਂ ਹਨ ਵਿੱਚ ਕਰੀਵੀ ਵੀ ਹਨ ਦੂਰੂ ਵੀ ਹਨ ਅੱਛਾ ਇਹ ਸਾਰੀ ਸਾਰੀ ਸੀ ਹਾਂ ਰਿਸ਼ਤੇਦਾਰੀਆਂ ਅੱਛਾ ਮਾਤਾ ਗੱਲ ਸੁਣਾ ਇੱਤਾ ਆਣੀ ਤਾਂ ਜਿਹੜਾ ਤੁਸੀਂ ਤੁਹਾਡੇ ਪਾਪਾ ਹੋਰ ਤਾਂ ਲੀਡਰ ਸੀ ਜੀ ਤੇ ਜਿਵੇਂ ਕੋਣ ਸੀ ਇੱਥੇ ਤੁਹਾਡੀ ਜਿਵੇਂ ਇੱਥੇ ਕਨਕੋਟ ਆ ਕਨਕੋਟ ਸੀ ਥੋੜੀ ਇਧਰ ਬਣਪਤ ਆ ਉਧਰ ਸੀ ਤੁਸੀਂ ਗਿਨੇ ਸੇ ਜ਼ਿੰਮੇਵਾਰੀ ਕੀਤੀ ਆ ਹਾਂ ਕਿ ਜਿਹੜਾ ਛੋਟੇ ਉੱਥੇ ਸੀ ਆਂਦਾ ਫਿਰ ਜਾਣੇ ਪੈਣਾ ਸੀ ਕੋਈ ਰੋਟੀ ਛੋਟੀ ਲੈ ਜਾਓ ਕੋਈ ਡੰਗਰ ਬੱਕਰੀ ਵੀ ਗੁੜਨੇ ਸੀ ਨਹੀਂ ਕਿਛੀ ਨਹੀਂ ਮੱਕਾ ਛੱਕਾ ਨਹੀਂ ਅਸਾਂ ਗੁੱਡੀਆਂ ਨਾ ਗੁੱਡੀਆਂ ਨਹੀਂ ਰੋਟੀ ਛੋਟੀ ਲੈ ਜਾਣੇ ਸੀ ਆ ਤੇ ਉਹਨਾਂ ਪੈਦਲ ਗਿਨੇ ਸੀ ਆ ਆਪੇ ਅਦਰੂ ਨਾ ਆਪੇ ਅਲੀਸਨ ਕੜੀਆਂ ਗੱਡੀਆਂ ਸੰਨ ਪਗ ਡੰਡੀ ਰਸਤੇ ਸੇ ਕੋਣਾ ਹਸਪਤਾਲ ਕੋ ਲਾਣੀ ਤੇ ਐਦਰੇ ਨ ਰੂਟੀ ਨਹੀਂ ਆਹੋ ਉਸ ਲਾਪੈਦਿਲੂ ਨਾ ਰਸਤੇ ਖਰਾਬ ਸੇ ਨਾ ਪਾਪਿਓਰੇ ਰੱਖਣ ਸੇ ਦੰਦਸ਼ਾਂ ਨਾ ਉਹਨਾਂ ਦਾ ਅੰਦਰ ਰੱਖਣ ਸੇ ਦੰਦ ਦੇ ਨਾਲ ਕੰਮ ਰੱਖਣ ਸੇ ਨਹੀਂ ਕਾਟੀ ਕਰ ਜਾਓ ਲੀਡ ਲੀਡਲੀ ਟੈਪ ਨੇ ਸੰਨ ਬੰਦੇ ਜਾਦਾ ਤਾਂ ਕੱਲ ਸੁਣਾ ਜ਼ਿਲ੍ਹਾ ਉਹ ਇੱਕ ਤਾਂ ਤੁਸੀਂ ਉਸਾਮੀ ਸਭ ਨੂੰ ਉਹ ਲੈਸ ਇਸ ਸਿਸਟਮ ਸ਼ੁਰੂ ਆਇਆ ਬਿਲਹੂ ਜੀਗਾ ਸੈਟਰ ਸਟਰ ਕਰਾ ਹਾਂ ਸੈਟਰ ਸਟਰ ਪਾਪੇਰ ਤੁਹਾਡੇ ਰੋਲ ਅਦਾ ਕੀਤਾ ਚੰਗਾ ਨਾ ਰੋਲਾ ਬੜਾ ਮਦਲੋ ਸਿਆਸੀ ਕਿਆਦੀ ਬਣੀ ਦਾ ਕੁਠੂਏ ਵੀ ਕਿਉਂ ਰੇ ਇਹਨਾਂ 5 6 ਲੀਟਰ ਦੀਦਾਰ ਸਿੰਘ ਜਿਹਨੇ ਜਿਹਨੇ ਨਾ ਜੋ ਇਸ ਦਸਨਾ ਸੀ ਬੜੇ ਮੰਨੇ ਨੇ ਜਿਲ੍ਹੇ ਰੇ ਉੱਤੇ ਹਾਂ ਜਿਲ੍ਹੇ ਰੇ ਮੰਨੇ ਕੋਈ ਆ ਪੜਕਾਣੇ ਲੋਕੇ ਕੋਈ ਕੰਮ ਨਹੀਂ ਚੰਗਾ ਕਰਨੇ ਪਰ ਉਹ ਕੰਮ ਬੜਾ ਸੇ ਕਰਨ ਸੇ ਕਿਹੜੀ ਲੀਡਰੀ ਸੀ ਸਾੜੇ ਪਿਉਣੀ ਕਾਂਗਰਸ ਕਾਂਗਰਸ ਪਾਰਟੀ ਨੂੰ ਹਾਂ ਕਾਂਗਰਸ ਪਾਰਟੀ ਨੂੰ ਸਨ ਅੱਛਾ ਕਾਂਗਰਸੀ ਸਿੱਛੇ ਤੁਹਾਡੇ ਬਾਰੇ ਹਾਂ ਕਾਂਗਰਸੀ ਕਾਂਗਰਸ ਬੜੇ ਚਿਰ ਚਲੀ ਖਰਾਬੀ ਵੀ ਤਾਂ ਅਸੀਂ ਕੋਈ ਨਹੀਂ ਦੇਖੀ ਉਹਨ ਲੋਕ ਆ ਨੇ ਉਹ ਪਹਿਲੇ ਸਾਰੀ ਕਾਂਗਰਸੀ ਕਾਂਗਰਸ ਜਿਆਦਾ ਅੱਗੇ ਪਾਰਟੀਆਂ ਬਣੀਆਂ ਹਾਂ ਹਾਂ ਪਾਰਟੀਆਂ ਬਣੀਆਂ ਉਹਦਾ ਉਹ ਆ ਲੋਕ ਬੜੇ ਬੜੇ ਲੋਕੇ ਬਦਨਾਮ ਕਰੀ ਛੋਣ ਨੇ ਤਾਂ ਅਸਾਂ ਕੋਈ ਨਹੀਂ ਦੇਖੀ ਸਾਰਾ ਪਿਓ ਤਾਂ ਲੋਕਾਂ ਪਿੱਛੇ ਕੁਰਬਾਨੀ ਦੇਣਗੇ ਅੱਛਾ ਗੱਲ ਸੁਣਾ ਤਾਂ ਜੇ ਪਾਪਾ ਰੇ ਸਾਰੀ ਉਮਰ ਲੀਡਰ ਹੀ ਹੈ ਲੀਡਰ ਹੀ ਤਾਂ ਤੁਸੀਂ ਘਰ ਕੁਰ ਫਿਰ ਜਮੀਨ ਗੱਲਾਂ ਉਹ ਤੇ ਜੀ ਮਾਂ ਵੀ ਸਾਰੀ ਬੜੀ ਢੱਲੇਵਾ ਸੀ ਕੰਮ ਕਰਨ ਵਾਲੀ ਮਾਸਿਆ ਉਹ ਗੱ ਨੇ ਉਹ ਲ ਫਸਲ ਚੰਗੇ ਹੋਈ ਜਾਣੇ ਸੀ اچھا ਮੈਂ ਤੈਨੂੰ ਪੈਸੇ ਕੁਝ ਦੇ ਦੇ ਘਰ ਚਾਰ ਪੈਸੇ ਕੁਝ ਆਣੇ ਸੀ ਵੀਰੇ ਕੈਸਿਆਂ ਬਰਾਬਰ ਅੱਛਾ ਖਾਲੀ ਸੁੱਕੇ ਗੱਲਾਂ ਗੁੱਲਾਸਾ ਸੁੱਕਾ ਗੱਲਾਂ ਗੁੱਲਾਸਾ ਪਿਤਾ ਜੀ ਫਿਰ ਲੋਕ ਨੇ ਲੱਗੀ ਏ ਉਹਦੇ ਲੱਗੀ ਆ ਭਰਾ ਪਰ ਫਿਰ ਤਾਂ ਪੜਨੇ ਸੀ ਸਕੂਲ ਭਰਾ ਪੜਿਆ ਤਾਂ ਭੈਣਾ ਦੋ ਪੜੀਆਂ ਦਾਸ ਨਹੀਂ ਪੜੀ ਸਕੀਆਂ ਸਕੂਲ ਗਿਆ ਨਹੀਂ ਨਹੀਂ ਗਈਆਂ ਇੱਕ ਦੋ ਵਾਰ ਹੀ ਗਈਆਂ ਤਾਂ ਫਿਰ ਘਰਾਂ ਨਾ ਕੰਮ ਪਈ ਜਾਂ ਨਹੀਂ ਗਈਆਂ ਅੱਛਾ ਅੱਛਾ ਤੁਸੀਂ ਛੋੜੇ ਅੱਛਾ ਗੱਲ ਸੁਣ ਇਹ ਸਤ ਸਾਰਾ ਪਿਛਲਾ ਪੇਕਾ ਤਾਂ ਵਿਆਹ ਸਾਰਾ ਜਦੋਂ ਹੋਇਆ ਦਾ ਸੋਰੀਆ ਪਰਿਵਾਰ ਤੁਹਾਡੀ ਤਰੈਨੇ ਸਿਕਾ ਜਿਮੜਾ ਇੱਥੇ ਹੀ ਰਹਿਣਾ ਸੀ ਕਿਹੜੇ ਸੰਚ ਪਿਆ ਸਾਡਾ ਇਹ ਉਹਨਾਂ ਨੇ 99 98 ਵਿੱਚ 98 ਹੀ ਥੋੜਾ ਬਿਆ ਆ ਆ 98 ਹੀ ਜੁਆ ਆ ਅੱਛਾ ਅੱਛਾ ਤੇ ਜਿਲੇ ਇਤ ਆਇਦਾ ਇਹ ਪਾਪਾ ਉਹ ਕਰਨੇ ਸੀ ਇਹ ਵੀ ਜ਼ਿੰਮੇਦਾਰੀ ਇੰਨੇ ਜ਼ਮੀਨ تھی ਸੀ ਤਾਂ ਹਾਂ ਇਹ ਤਾਂ ਫਿਰ ਇੱਥੇ ਹੀ ਜਮੀਨ ਸੀ ਸਾਰੀ ਸਾਰੀ ਇਹ ਫਸਲ ਵਗੈਰਾ ਛੇ ਹੁੰਨੇ ਸੀ ਏਵੀ ਗਰੀਬੀ ਸੰਸਮਝ ਪੈਸਾ ਨਹੀਂ ਸੀ ਦਾ ਦਾਣਾ ਫੱਕਾ ਬਤੇਰਾ ਹੋ ਜਾਣਾ ਸੀ ਦੁੱਧ ਦੁੱਧ ਸ਼ੁੱਧ ਵੀ ਬਤੇਰਾ ਹੋ ਜਾਣਾ ਸੀ ਹਾਂ ਫਿਰ ਦੁੱਧ ਸ਼ੁੱਧ ਬੇਚਣ ਇੰਨੇ ਕੁੜੀਆਂ ਪੜਾਈਆਂ ਸਮਝੋ ਤਰੇ ਚਾਰ ਮੇਰੀਆਂ ਨਾਨਾ ਪੜੀਆਂ 2 ਵਰਸਾ ਛੋਟਾ ਉਸਲਾ ਵੀ ਇਹ ਵੀ ਛੇ ਪਹਿਣਾ ਸੀ ਤਾਂ ਦੋ ਭਰਾ ਸਨ ਇਹ ਵੀ ਆਇਆ ਤੇ ਫਿਰ ਸਾਲੇ ਘਰੋਂ ਪੜੇ ਲਿਖੇ ਥੋੜੇ ਤੇ ਉਸਲਾ 50 ਰੁਪਏ ਉੱਪਰ ਭਰਤੀ ਹੋਈ ਇਹ ਪੁਲਿਸੀ ਜੀ ਪਾਪਰ ਪੁਲਿਸੀ ਸੀ ਨਹੀਂ ਇਹ ਨਾ ਡਾਡੀ ਆਹ ਉਹ ਇਹਨੇ ਪਾਪੇ ਨਾਲ ਗੱਲ ਕਰਦਾ ਪੁਲਿਸੀ ਨਾਲ ਆਹ ਪੁਲਿਸੀ ਸਾ ਮੈਂ ਸੱਚ ਉਸੇ ਮੇਰੇ ਲਈ ਅੱਛਾ ਹਾਂ 50 ਰੁਪਏ ਪਰ ਕਿਹੜੇ ਮਹਾਰਾਜ ਜੀ ਪਪਾ ਜੀ ਕਿਹੜੇ ਬਟਾਲੀ ਦੇ ਕਿਸੇ ਸੇ ਆਰਮਡ ਪਰ ਜਿਸੇ ਆਰਮਡ ਆਰਮਡ ਵੀ ਸੇ ਅੱਛਾ ਕਿਹੜੇ ਬਟਾਲੀ ਚ ਕਰਾਈ ਵੀ ਸੇ ਨਾ ਅੱਛਾ ਤੁਸੀਂ ਕਿੰਨੀ ਨੌਕਰੀ ਕਿੰਨੀ ਕੀਤੀ ਪਾਪੇ ਹੋਰੇ 20 ਸਾਲ ਕੀਤੀ ਨੇ ਮੜੇ ਲਈ ਮੁੜੀ ਰਿਟਾਇਰ ਆਏ ਨਾਇਗੋਦ ਬਰ ਬਮਾਰੂ ਇਹ ਮਰੀਏ ਦਾ ਕੋ ਤੁ ਨੌਕਰੀ ਅੱਛਾ ਅੱਜ ਡਿਊਟੀ ਰਥੀ ਹਾਜ਼ਰ ਡਿਊਟੀ ਐ ਸੀ ਅੱਛਾ ਇਹ ਨਾ ਮਤਲਬ ਬੜੀ ਪੁਰਾਣੀ ਡੈਥ ਹੋਈ ਨਹੀਂ ਨੇ ਹਾਂ ਹਾਂ ਉਹਨਾਂ ਨੇ ਉਹਨਾਂ ਨੇ ਜਬ ਬਾਈ ਬਾਈ ਛੱਡਿਆ ਛੋਟਾ ਸੋ ਬੀ ਗਿਆ ਆਪਣੀ ਕੁੜੀ ਜਿੱਤਨੇ ਦਾ ਜਿਲ੍ਹਾ ਆਹ ਗੱਲ ਸੁਣਾ 30 ਸਾਲ ਹੋਈ ਇਹਦਾ ਉਹ ਇਹ ਨਹੀਂ ਬੈਠ ਗੁਣੇ ਅੱਛਾ ਉਦੋਂ ਹੋਈ ਹੈ ਅੱਛਾ ਗੱਲ ਸੁਣਾ ਜਿਲ੍ਹਾ ਪਹਿਲੇ ਉਹਨੇ ਨਹੀਂ ਹੋਈ ਤੇ ਜਿੰਮੇ ਦਾ ਉਦੋਂ ਤੇ ਨਾਲ ਤੁਸੀਂ ਜ਼ਿੰਮੇਦਾਰੀ ਕਰਾਣੇ ਹੋ ਲਿਆ ਆਹੂ ਘਰਾਂ ਨੇ ਸੇ ਫਿਰ ਘਰ ਇਹ ਸਾਰੀ ਆਪਣੀ ਤਮਾਲ ਡੰਗਰ ਵੀ ਸਾਰੀ ਉਹ ਮਰਖਿਆ ਕਰਿਆ ਨੇ ਰੱਖੇ ਰਿਹਾ ਆਪੂ ਕਰੀ ਪਾਣੀ ਵੀ ਦੂਰ ਸ ਕੋਦ ਨਾ ਨਹੀਂ ਸਕੀ ਬਰਿਆ ਬਰੋਂ ਉਹ ਬਣਾ ਉਹ ਜਨਾ ਹੈ ਨਾ ਉੱਪਰ ਚੜੀ ਨਹੀਂ ਇਹਨਾਂ ਦਾ ਤਾਂ ਪਾਣੀ ਚੁੱਕੀ ਆ ਨਾ ਪਾਣੀ ਚੁੱਕੀ ਆ ਨਾ ਰਸਤੇ ਖਰਾਬ ਸਨ ਇਸ ਰਾਜ ਦੁਕਾਨਾਂ ਪਈਆਂ ਉਹਨਾਂ ਦੁਕਾਨਾਂ ਕੋਈ ਨਹੀਂ ਸਨ ਮਸ਼ੀਨਾਂ ਕੋਈ ਨਹੀਂ ਸਨ ਕਰਾਟ ਕੋਈ ਨਹੀਂ ਸਨ ਦੂਰ ਦੂਰ ਸਨ ਜਿਚਰ ਸੋਹਰਾ ਜੀ ਰੇਤਾ ਚਿਰ ਕਰਨੇ ਦੇ ਤਾਂ ਫਿਰ ਆਪੂ ਕਰਨਾ ਪਿਆ ਸਾਰਾ ਕੰਮ ਹੈ ਨਾ ਚੁੱਕੀ ਤਾਂ ਪੱਥਰ ਦੇ ਗਰਾਟ ਵੀ ਕਰਨਾ ਪਿਆ ਮਸ਼ੀਨਰੀ ਕਰ ਲਈ ਪਈ ਅੱਛਾ ਮੈਂ ਸਾਰਾ ਮਿਹਨਤ ਬੜੀ ਕੀਤੀ ਸਾਰੀ ਮਿਹਨਤ ਬੜੀ ਕੀਤੀ ਮਾਲ ਡੰਗਰੇ ਕਨੇ ਵੀ ਆਰੇ ਕਿਹ ਨਾਲ ਕੀਤੀ ਮਦਰ ਤੜੜਲੇ ਵਾਈ ਬਣੀ ਆਪਣੇ ਘਰ ਬੂਏ ਸਾੰਬੇ ਗੱਲ ਸੁਣਾ ਐ ਤੇ ਮਤਲਬ ਲੁਗਾ ਏਰੀਆ ਸਾ ਬੜਾ ਲੁਗਾ ਅੱਜ ਤਾਂ ਬਸਤੀ ਬਣੀ ਏ ਸ਼ਹਿਰ ਬਣਿਆ ਉਹਦੂ ਬਿਜਲੀਆਂ ਹੋਣੀਆਂ ਤੇ ਉਹ ਕੀਮਣੀਆਂ ਦੀਲੀਆਂ ਦੀਲੀਆਂ ਜੀ ਦੀਲੀਆਂ ਨੇ ਸਨ ਚਿਮਣੀਆਂ ਸਨ ਤੇ ਲੈ ਲੀਆਂ ਹਾਂ ਤਾਂ ਅੱਠਾਂ ਨੇ ਬੋਤਲ ਤੇਲ ਲਬਣਾ ਸੇ ਮਿੱਟੀ ਨਾਲ अच्छा 3500 ਦੀ ਆਨੰਦਾ ਹਨ ਬਜਾ ਸਰਫੇ ਨਾਲ ਬਾਲਿਓ ਹੈ ਤੇਲ ਤੇ 10000 89 ਕਿਹੜਾ ਸੁੱਖਾ ਸਾ ਹੈ 89 ਮਨਾਨੇ ਬੜੇ ਮੁਸ਼ਕਲ ਜੀ ਗੱਲ ਸੁਣਾ ਤੁਸੀਂ ਉਹਨੇ ਟਾਈਮ ਨੇ ਤੁਹਾਡੇ ਸਰਫੇ ਸੇ ਨਾ ਜਿਹੜੇ ਘਰ-ਬਾਰ ਪੱਕੇ ਚ ਸਾਰੀ ਤੁਹਾਡੇ ਲੋਕੇ ਮਿਹਨਤ ਕਰਕੇ ਬੱਚੇ ਪੜ੍ਹਾਈ ਖੜੇ ਉਸ ਟਾਈਮ ਤੇ ਬੱਚੇ ਸੈਟਲ ਹੋਈਏ ਬਾਅਦ ਚ ਚਲੋ ਗੁਰੂ ਮਾਰਾ ਇਹਨੇ ਕੀਤੀ ਇਦਾਂ ਨਹੀਂ ਅਮੀਰ ਨਹੀਂ ਸੀ ਹਾਂ ਜਿਸ ਦਿਖਾ ਤੂੰ ਸਾਪੀ ਦੱਸਿਆ ਜਿੱਥੇ ਅਠਾਣੇ ਨਾਲ ਤੇਲ ਆਣੀ ਵੀ ਆਣੇ ਸੇ ਸਰਫਾ ਕਰਾ ਹਾਂ ਸਰਫਾ ਕਰਵਾ ਹਾਂ ਤੇ ਜਿਹੜਾ ਹੁਣ ਬੋਲਣਾ ਸੀ ਜੋਸ਼ ਨਾ ਕਿ ਅਸ ਗੱਡੀ ਅੱਗੇ ਲੇਟਿਆਂ ਉਹਨੇ ਅੱਗੇ ਫਿਰ ਮੇਰਾ ਸੋਰਾ ਪੇਸ਼ ਹੋਇਆ ਤੇ ਪਾਣੀ ਮੰਗੀ ਦਾ ਲਿਆ ਫਿਰ ਉਹਨੇ ਕੜੇ ਛੜੇ ਲਈਦਾ ਜਾਈ ਉਹ ਵੀ ਥੱਲੇ ਛੜਕਾਈ ਲੇਟੀ ਏ ਕਿ ਮਾਰਾ ਹੀ ਅਸੇ ਅਸੇ ਪਾਣੀ ਉਹਨਾਂ ਚਾਹੀਨਾ ਮਾਰਿਆ ਜੇ ਉਸੇ ਬਿਜਲੀ ਹੋਣੀ ਚਾਹੀਦੀ ਬੜੇ ਮੁਸ਼ਕਿਲ ਨਾਲ ਪਤਾ ਨਹੀਂ ਫਿਰ ਕਿਹੜੇ ਸਾਨ ਵੀ ਜਿਵੇਂ ਬਿਜਲੀ ਮਿਲੀ ਗੱਲ ਸੁਣਾ ਤਾਂ ਇਹ ਸਾਰਾ ਇਲਾਕਾ ਜਿਹੜਾ ਤਾਂ ਆਣੇ ਕਿ ਇਹਨੇ ਨੇ ਤੁਹਾਡੇ ਸੋਰਾ ਸਭ ਰਹੇ ਬਸਾਇਆ ਬਸਾਇਆ ਫਿਰ ਆਪਣੇ ਪੁੱਤਰ ਪਤਰੀ ਆ ਨਹੀਂ ਬਸਾਇਆ ਨਹੀਂ ਬਖਲਾ ਤਾਂ ਕੋਈ ਨਹੀਂ ਆਇਆ ਆਪਣਾ ਪਰਿਵਾਰ ਆਪਣਾ ਪਰਿਵਾਰ ਬਸਾਇਆ ਨਹੀਂ ਆਪਣੇ ਫਿਰ ਵੀ ਬੜੀ-ਬੜੀ ਗੱਲ ਸੀ ਹਾਂ ਬੜੀ ਗੱਲ ਸੀ ਬੜੀ ਕੁਰਬਾਨੀ ਸੀ ਬੜੇ ਆਦਮੀ ਆਪਣਾ ਆਪਣੀ ਤਾਪ ਕਰਨਾ ਤੇ ਆਪਣੇ ਪਤਰੀਏ ਉਹ ਆਪਣੇ ਪਤਰੀਏ ਆਪਣੇ ਭਰਾ ਆਪਣੀਆਂ ਧੀਆਂ ਆਪਣਾ ਜਿਹੜਾ ਆਲ ਮਾਲ ਸਾ ਕੁੜਮ ਸਾ ਹੋਣੀ ਬਸਾਇਆ ਉਹਨੇ اچھا ਤੇ ਉਹਨੇ ਦੇਖਦੋ ਕਿ ਫਿਰ ਹੋਰ ਵੀ ਲੋਕ ਆਣ ਲਏ ਕੋਈ ਰਾਜਪੂਤ ਆਈਏ ਕੋਈ ਮੁੱਲੀ ਲਈਆਂ ਜਗਾ ਕੋਈ ਮੁਖਤ ਮੱਲੀਆਂ ਲੋਕਾਂ ਜਗਾ ਫਿਰ ਬਾਦ ਵੀ ਅਲਾਡ ਮਿੰਟਾਂ ਹੋਈਆਂ ਜਗਾ ਗੱਲ ਸੁਣਾ ਇਹ ਇਲਾਕਾ ਉਹ ਬੀਆ ਬਾਣ ਲੁਗਾ ਜੰਗਲ ਸੀ ਬੀਆ ਬਾਣ ਜੰਗਲ ਸੀ ਕਿ ਉਹ ਰਾਤੀਆਂ ਡਰਨੇ ਹੀ ਰਿਆ ਜਿੱਲੇ ਕਿੰਨੀ ਮਨੀ ਆਸੋ ਕਲੇਰਿਆਂ ਦਾ ਡਰਨੇ ਨਹੀਂ ਨਹੀਂ ਉਹ ਤਾਂ ਥਿਆ ਸਕੀ ਆ ਕਿ ਜਦੋਂ ਮਾਂ ਕੋਈ ਨਹੀਂ ਤਾਂ ਕਲੇ ਮਤਲ ਕੋਈ ਜੀ ਨਹੀਂ ਇਸ ਨੂੰ ਵਿਰੋਸ ਦੇਖੀ ਨਹੀਂ ਇਥੇ ਵੀ ਡਰ ਲਗਾ ਹਾਂ ਲੇਪਾ ਪਾਉ ਰਿਹਾ ਉਹ ਜਿਹੜਾ ਪਟੂਰੀ ਪੇ ਉਧਰ ਹਾਂ ਪੁੱਤ ਕੱਲੇ ਕੱਲੇ ਤਾਂ ਬੱਚੇ ਨਿੱਕੇ ਨਿੱਕੇ ਆ ਛੋਟੇ ਛੋਟੇ ਬੱਚੇ ਹਾਂ ਉਹ ਮੈਂ ਤਾਂ ਤੁਸੀਂ ਆਣਾ ਸਾਡੇ ਬਜ਼ੁਰਗੇ ਪੁਰਾਣਾ ਬੜਾ ਦੁਕਾਨ ਦੇਖੀ ਬੱਚੇ ਪਾਲੇ ਤੇ ਬੜੀ ਮਿਹਨਤਾਂ ਕੀਤੀ ਚਲੋ ਜੀ ਗੁਰੂ ਮਹਾਰਾਜ ਨੇ ਕੀਤੀ ਹੈ ਕੱਲ ਸਨ ਸਾਡੇ ਬੱਚੇ ਕਿਨੇ ਬੱਚੇ ਦੇ ਵਲਾ ਚਾਰ ਲੜਕੀਆਂ ਤਿੰਨ ਲੜਕੀਆਂ ਅੱਛਾ ਤੇ ਅੱਜ ਸਾਰੇ ਮਾਲਕ ਦੀ ਕਿਰਪਾ ਨਾਲ ਸਵਾਨੇ ਸੈਟਲ ਤੇ ਗੁਰੂ ਮਹਾਰਾਜ ਨੇ ਆਪਣੇ ਪਿਆਰ ਨਹੀਂ ਕਿਰਪਾ ਦਾ ਦੇ ਨਹੀਂ ਹਾਂ ਨਹੀਂ ਉਹਨੇ ਚਲੋ ਦਾਦੇ ਨਹੀਂ ਬੜੀ ਕਾਲਾ ਸੀ ਦੇਖਾ ਉਹਨੇ ਨਹੀਂ ਵੀ ਕਾਲਾ ਸੀ ਪਿਤਾ ਜੀ ਵੀ ਛੋਟੇ ਛੋਟੇ ਅਸੀਂ ਲਈ ਤੁਰਪੇ ਹਾਂ ਛੋਟੀ ਉਮਰ ਉਹਨੇ ਨਹੀਂ ਬੜੀ ਛੋਟੀ ਉਮਰ ਉਹਨੇ ਵੀ ਜੁੜੇ ਤਾਂ ਬੱਚੇ ਵੀ ਨਿਕਨੇ ਕਿ ਅਸੀਂ ਉਹਨੇ ਕੋਈ ਨਹੀਂ ਦੇਖਿਆ ਫਿਰ ਸਾਰੇ ਆਪਣੇ ਪੜਾਏ ਲਿਖਾਏ ਯਾਰ ਗਲਵਾਤ ਆਪਣੀ ਹਿੰਮਤ ਨਾਲ ਤਿਆਰ ਹੋਏ ਆਪਣੀ ਹਿੰਮਤ ਨਾਲ ਨੌਕਰੀਆਂ ਲਈਆਂ ਆਪਣੇ ਦਾਦੇ ਨੇ ਅਸ਼ੀਰਵਾਦੀ ਆਪਣੇ ਨਾਨੇ ਨੇ ਅਸ਼ੀਰਵਾਦੀ ਨਾਨਾ ਲਈ ਡਰਜੀ ਹਮ ਅੱਗੇ ਮੇਰੇ ਭਰਾ ਆਫਸਰ ਸਨ ਉਹ ਵੀ ਮਦਦ ਕਰਨੇ ਨੇ ਆਪਣੀ ਵੀ ਇੰਨੀ ਹਿੰਮਤ ਰਹੀ ਅੱਛਾ ਉਸਾਂ ਨੇ ਬਦਲਦ ਫੇਰ ਆਏ ਹਾਂ ਉਸਾਂ ਨੇ ਕਿਹਾ ਇਹ ਨਾਲੇ ਸਾਰੇ ਸੋਹਣੇ ਸੈਟਲ ਦੇ ਤੇ ਸਭ ਤੋਂ ਵੱਡੀ ਗੱਲ ਸਾਰੇ ਮਿਲੀ ਸਾਰੇ ਨੇ ਤਾਂ ਅੱਜ ਕਿੱਥੇ ਆ ਤੂਆਂ ਸ਼ੂਆਂ ਫਾੜੀਆਂ ਇਕੱਠੀ ਮਿਲੀ ਰਹਿਣੇ ਸਾਰੇ ਚਲੋ ਤੁਸੀਂ ਬੱਚਿਆਂ ਨੇ ਅਸ਼ੀਰਵਾਦ ਹੋਣੀ ਚਾਹੀਣੀ ਠਾਕਰੇ ਨੇ ਅਸ਼ੀਰਵਾਦ ਹੋਣੀ ਚਾਹੀਣੀ ਚਲੋ ਜੀ ਇਹ ਗੱਲ ਅੱਗੇ ਸਾਸੋਹਰੇ ਨਹੀਂ ਨਹੀਂ ਹੱਸ ਮੁਕਾਈ ਸਕਨੇ ਆ ਉਹਨੇ ਬੜੀ ਸਾਡੇ ਨਾਲ ਘਾਲਣਾ ਕਮਾਈ

ਉਹ ਦਸੀ ਛੇ ਲਈ ਵੀ ਕੋ ਚੜੀਏ ਉਹ ਅੰਦਰ ਇਨਿਆਣਾ ਵੀ ਉੱਥੇ

ਸੀ ਹੈ ਹਾਂ ਇਹ ਇਹ ਆਪ ਹੀ ਕਰ ਰਹੇ ਹੋ ਨਸੀਆ ਆਪੋ ਆਪ ਇਹ ਮਤਲਬ ਕਿ ਸਭ ਤੋਂ ਪਹਿਲਾ ਕੰਮ ਹੀ ਐ ਸਾ ਨਹੀਂ ਬੱਲਾ ਉੱਠਿਆ ਬੰਦਾ ਨਾਤਾ ਤੋਤਾ ਤੂੰ ਵਾਸ਼ਨਾ ਕੀਤਾ ਵਾਹਿਗੁਰੂ ਸਤਨਾਮ ਦਾ ਨਾ ਲਿਆ ਅੱਛਾ ਜੈ ਪਾਣੀ ਸ਼ਾਨੀ ਆਂਦਾ ਚਾਹ ਪੀਤੀ ਛੇਰ ਮੁੜ ਕੇ ਇਹ ਕੰਮ ਕੀਤਾ ਕੋਈ ਦੇ ਰਿੜਕਣਾ ਵੇ ਤਾਂ ਫਿਰ ਕਰਨੀ ਦੀ ਅੱਛਾ ਮਾਤਾ ਇੱਕ ਚੀਜ਼ ਹੋਰ ਦੱਸਾਂ ਮੈਂ ਆਮ ਬੜੇ ਬਜ਼ੁਰਗੇ ਨੇ ਇੰਟਰਵਿਊ ਕੀਤੇ ਉਹ ਆਉਣੇ ਕੇ ਪਹਿਲੇ ਜਦੋਂ ਬੱਲਾ ਉੱਠੀ ਜਲਾ ਰੋਟੀ ਬਕਾਣੇ ਸੇ ਜੀ ਆਟੇ ਚ ਆ ਵੀ ਪਹਿਲੇ ਥੋੜਾ ਆਟਾ ਗੱਢੀ ਆਖੀ ਆਟਾ ਗੱਢੀ ਰੱਖਣੇ ਸੇ ਪਹਿਲੇ ਸਭ ਤੋਂ ਪਹਿਲੇ ਮੂੰਹ ਆ ਤੋ ਤੋਤਾ ਇਸ਼ਨਾਨ ਪਾਣੀ ਕੀਤਾ ਚੁੱਲਾ ਚੋਕਾ ਸਾਫ ਕੀਤਾ ਕਰੀ ਫਿਰ ਜਲਾ ਸਤਨਾਮ ਕਰਦਾ ਆਟਾ ਗੱਢੀ ਆਂਦਾ ਹਾਂ ਸੁਚਾ ਸੁਚਾ ਆਟਾ ਗੱਢੀ ਆਂਦਾ ਫਿਰ ਉਹ ਛਾਣਿਆ ਛਾਣਿਆ ਫਿਰ ਉਥੋਂ ਥੋੜਾ ਆਟਾ ਗੱਢੀ ਰੱਖੀ ਲਿਆ ਦਾਲ ਚਾੜੀ ਥੋੜੀ ਰੱਖੀ ਹੋੜੀ ਉਹ ਵਰਗਾ ਕਰ ਰਹੇ ਸੇ ਰੱਖਣੇ ਸੇ ਉਹ ਦੇਖੋ ਪੂਰੇ ਕੋਈ ਮਜਬੂਰੀ ਹਾਲਤ ਹੈ ਟੀਜਨ ਹੋਣਾ ਸਬਸ ਤਾ ਉਥੋਂ ਕੱਢੀ ਉਸ ਕੀ ਬਣਾਈ ਦੇ ਛੋ ਲਿਸ ਆਉ ਜਾਈ ਦੇਈ ਹੈ ਅੱਛਾ ਮਾ ਗੁਰੂ ਦੇਖਾ ਇਹ ਸਾਡੇ ਬਜ਼ੁਰਗੇ ਨੇ ਬੜੇ ਕਮਾਲ ਨਾਲ ਮਤਲਬ ਪੈਸਾ ਨਹੀਂ ਸੀ ਲੇਕਿਨ ਦਸਮੰਦ ਉਹ ਵੀ ਕਰਨੇ ਰਹੇ ਹਾਂ ਕਰਨੇ ਰਹੇ ਕਿ ਸ਼ਹਿਰ ਦੂਰ ਸੀ ਪੈਸਾ ਵੀ ਨਹੀਂ ਸੀ ਕੁਸਾ ਲੈਣ ਨੂੰ ਨਾ ਨਹੀਂ ਲਾਠੀ ਮੀ ਮਾਰ ਦੇ ਤਾਣ ਬੜਾ ਮੰਨਿਆ ਨਾ ਬੰਦਾ ਸੀ ਆਰ ਬੰਦਾ ਠੀਕ ਸੀ ਆਪਣੀ ਕੋਈ ਆਈ ਜਾ ਤਾਂ ਫਿਰ ਜਲਦੀ ਕੋਤੇ ਕੋਈ ਜਾਣਾ ਸਾ ਆ ਬਰੋ ਆਸੇ ਕਿ ਸਿੱਖਿਆ ਸੀ ਮਾ ਪਿਓ ਨਹੀਂ ਵੀ ਤਾਂ ਸਾਸੋਰੇ ਨਹੀਂ ਵੀ ਕਿ ਥੋੜੀ ਚੀਜ਼ ਖਾਓ ਭਾਵੇਂ ਜਿੰਨਾ ਮਰਜੀ ਪਰ ਬਚਾ ਆ ਵੀ ਕਰੀ ਰੱਖੀ ਜੋੜਿਓ ਆ ਬਚਾ ਆ ਵੀ ਕਰੀ ਰੱਖੀ ਜੋੜਿਓ ਗੱਲ ਸੁਣਾ ਦੇਖਾ ਅੱਜ ਸਾਡੇ ਕੋਲ ਇੰਨਾ ਕੁਝ ਹੁੰਨੇ ਬਾਵਯੂਦ ਵੀ ਉਹ ਦਸਵੰਦ ਸਿਸਟਮ ਸਾਡੇ ਕੋਲ ਨਹੀਂ ਕੋਈ ਕੁਛ ਬੋਲ ਕਾਖਣੀ ਸਾ ਲੇਕਿਨ ਦਸਵੰਦ ਕਰਨੇ ਫਿਰ ਉਹ ਆਸੇ ਕਿ ਸਿੱਖਿਆ ਸੀ ਬੜੇ ਨੇ ਕਿ ਮਤਲਬ ਆਸੇ ਕਿ ਕੋਈ ਗਾਲ ਨਾ ਮਾਰਾ ਕਿ ਕੁਸਾਨੀ ਨੂੰ ਦੀ ਠੀਕ ਨਹੀਂ ਹੈ ਇਹਨੇ ਅੰਦਰ ਕੋਈ ਨਹੀਂ ਨਿਕਲਿਆ ਆਸੇ ਕੋਲ ਨਾ ਕੋਈ ਚੀਜ਼ ਤਾਂ ਵੀ ਉਸ ਚੀਜ਼ ਜਰਾ ਬਚਾਈ ਰੱਖੀ ਛੋੜਿਓ ਕੋਈ ਆਇਆ ਤਾਂ ਉਹਨੇ ਆਖਲੇ ਕਿ ਬੜੀ ਸੁਣੀ ਯਾਦ ਖਾਤਰ ਹੋਈ ਕੋਸਾਂ ਨੇ ਘਰ ਆਸ ਗਿਆ ਇਹ ਚੀ ਬੜੀ ਸੀ ਅੱਛਾ ਗੱਲ ਸੁਣ ਮਾਤਾ ਇਤ ਤੋਂ ਸੇ ਮਾਲ ਡੰਗਰ ਕੇ ਨਾ ਕਰ ਨਾ ਰੱਖਿਆ ਮਾਲ ਡੰਗਰ ਕਾ ਆਖੀ ਰਿਆ ਕੋਈ ਮੰਜੀਆਂ ਸੀ ਪਾਂਛੇ ਗਈਆਂ ਹੋਈ ਜਾਣੀਆਂ ਜੀਆਂ ਉਹ ਦੂ ਲੋਗ ਦਾੰਦੇ ਨਾਲ ਹਲਵਾਈ ਕਰਨੇ ਰਹਨੇ ਸੀ ਤੁਸੀਂ ਦੇਖੀ ਹਾਲਾ ਹਾਲਾ ਪਈ ਨਹੀਂ ਆਂਦਾ ਤੇ 10 15 ਚੀਜ਼ਾਂ ਜੁੜੀ ਹੈ ਜਾਣੀਆਂ ਅਸੀਂ ਫਿਰ ਜੀਮੇਦਾਰ ਲੂਗੀਆਂ ਦੋ ਚਾਰ ਨਾ ਫੇਰਨਾ ਇੱਥੇ ਆਪਣੇ ਘਰ ਨੇ ਕੋਈ ਅਸਾ ਚਾਰਿਆ ਫੇਰਿਆ ਨਹੀਂ ਤਾਂ ਪਰ ਕਾਰਵੀ ਕੰਮ ਸਾਰਾ ਕਰਨ ਲਈ ਗੋਏ ਥਪਣੇ ਹੋਏ ਆਪੀ ਆ ਜੀ ਗੋਲੇ ਗਾਲੇ ਲਾਇਤ ਅਭੀ ਲੈਮਣੇ ਆਪੀ ਸੀ ਲਿਮਣੇ ਸੀ ਮਨਾ ਵੀ ਬੜਾ ਉਹ ਗੋਲਾ ਗਾਲਾ ਚਾੜਨਾ ਦਾ ਆਪੂ ਆਪੂ ਕਰਨੇ ਨੇ ਆਪੂ ਆ ਕਰਨੇ ਨੇ ਚਲੋ ਜੀ ਬੜੀ ਮਿਹਨਤ ਕੀਤੀ ਤੁਸੀਂ ਤੇ ਚਲੋ ਮਿਹਨਤ ਨਾਲ ਹੀ ਮਜ਼ੀ ਕੋਈ ਵੀ ਸੀ ਤੁਸੀਂ ਕਰਦੇ ਕਰੇ ਵਾਰੀ ਰਾਦੀ ਕੱਚਾ ਮਕਾਨ ਸੋ ਉਪਰੂ ਸਭ ਟੈਨ ਫਿਰ ਇੰਨੇ ਸਾਰੇ ਇਕੱਠੇ ਕਰੀ ਕੇ ਤੇ ਹੱਥ ਰੱਖੀ ਹੋਣਾ ਦਰ ਲਈਆਂ ਵੀ ਬੋਲਣੀਆਂ ਰਹੀਆਂ ਪਹਿਲੇ ਜੋਣ ਨੇ ਲੁਗਾ ਸਨ ਇਲਾਕਾ ਸਾਰਾ ਥੋੜਾ ਅੱਜ ਲੁਗਾ ਦਾ ਮਾਇਆ ਜਿਸ ਟਾਈਮ ਤੁਸੀਂ ਰਹਨੇ ਹੋਇਆ ਅੱਜ ਤੂੰ ਚਾਹੇ 55 ਸਾਲ ਪਹਿਲੇ ਅੱਜ ਦੇਖੀ ਡਰ ਲੱਗਣਾ ਹੁੰਦਾ ਡਰ ਵਾਲੀ ਕੋਈ ਗਾਲੀ ਨਹੀਂ ਹੁੰਦਾ ਸ਼ਹਿਰ ਬਣਿਆ ਨਾ ਹੁੰਦਾ ਸ਼ਹਿਰ ਬਣਿਆ ਚਲੋ ਮਾਤਾ ਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਆਨ ਗੱਲਬਾਤ ਕਰੀ ਤੁਹਾ ਨੂੰ ਮਾਰ ਘੁੰਜਣੀ ਜਿਹੜੇ ਕਿ ਤੁਸੀਂ ਸਾਡੇ ਕੋਲ ਗੱਲਾਂ ਪੁੱਛਣੇ ਆਸੇ ਪਿਛਲੇ ਦੁੱਖ ਬੜੇ ਆਪਣੇ ਮਾਪਿਓ ਨੇ ਆਪਣੇ ਸਾਸੋਹਰੇ ਨੇ ਆਸੇ ਕੀ ਹੁਣ ਥੋੜਾ ਆਰਾਮ ਹੋਇਆ ਸੁੱਖ ਦੇਖਿਆ ਆਪਣੇ ਬੱਚਿਆਂ ਨੇ ਰਾਜੇ ਨੂੰ ਇਹ ਦੀਏ ਨੇ ਰਾਜੇ ਪਰਮਾਤਮਾ ਜੀ ਨੇ ਨੂਹਾਂ ਦੀਆਂ ਹਰ ਕੁਸਾਂ ਨੇ ਕਰਦੀਆਂ ਜਿਹੜੀ ਮੇਰੀ ਜਦਮਾਨ ਕਰਨੀ ਹੈ ਇਸ ਵੇਲੇ ਬੱਚੇ ਜਦਮਾਨ ਕਰਦੇ ਨੇ ਮੇਰੇ ਵਾਹਿਗੁਰੂ ਹਰ ਕਿਸੇ ਕੀ ਚੰਗਾ ਇਹਨੇ ਕ ਪਤਾ ਨਾ ਤੁਹਾਡੀਆਂ ਕਲਾਂ ਇਹ ਤੁਸੇ ਮੈਂ ਤਾਂ ਕੀਤੀ ਨਹੀਂ ਨਾ ਚਲੋ ਕੋਈ ਕੋਈ ਨੂਹਾਂ ਦੀਆਂ ਨਹੀਂ ਪੱਲੇ ਬੰਨਣੀਆਂ ਚਲੋ ਆਪ ਆਪਣੀ ਬੁੱਧਾ ਜੀਤੀ ਜੀ ਆਪਣੀ ਆਪਣੀ ਕੱਲ ਇਹ ਕਿ ਜਿਸ ਪਰਿਵਾਰਕ ਮੋਲ ਚ ਬੰਦਾ ਰਿਆ ਹੁਣ ਨਾ ਤੇ ਉਹਨੇ ਕਾ ਪਰਿਵਾਰਨੀ ਸਿੱਖਿਆ ਜਿਹੜੀ ਉਸ ਸੀ ਚਲੋ ਗੁਰੂ ਮਹਾਰਾਜ ਇਹਨੇ ਮਾਪਿਓ ਵੀ ਠੀਕ ਐ ਨਾ ਨਹੀਂ ਸਾਰਾ ਕੁਝ ਦੇਖਿਆ ਨਾ ਤੇਨੇ ਸਾੜੀ ਯਾਨੀ ਇੱਜ਼ਤ ਰੱਖੀ ਮਾਪਿਓ ਨਹੀਂ ਵੀ ਰੱਖੀ ਦੁੱਖ ਤੰਗੀਆਂ ਵੀ ਹੋਣੀਆਂ ਘਰਾਂ ਹੀ ਹਮੇਸ਼ਾ ਕਰੀ ਤਾਂ ਕਰਕੇ ਨਾ ਮੈਂ ਹਾਂ ਮੈਂ ਤੁਹਾਡੇ ਨਾਲ ਸਾਰਾ ਪਰਿਵਾਰ ਨਾਲ ਬਿਠਾਈ ਕਰਾਂ ਤੇ ਮੈਂ ਇਕੱਲੇ ਇਕੱਲੇ ਬਜ਼ੁਰਗ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਅਸੇ ਬੜੀ ਇੱਕ ਸ਼ਾਬਾਸ਼ ਨਹੀਂ ਗੱਲ ਹੈ ਮੈਂ ਚਲੋ ਸਾਰੇ ਦੇਖੋ ਕਿਤੇ ਜਿੱਥੇ ਦਿੱਕਤ ਉਸ ਗਿਓ ਦੁਖੀ ਗੱਲਾਂ ਸੁਣੀਆਂ ਆ ਬੜੀ ਬੜੀ ਲੋਕ ਤਰਸਣਗੇ ਜੀ ਬੜੇ ਤਰਸਨੇ ਜਦੋਂ ਸਾਡੇ ਮਾਪਿਓ ਇੱਕ ਵਾਰੀ ਮੇਰਾ ਤਾਇਆ ਲਗਾਇਨ ਨੇ ਲੋਕਾਂ ਰਫੀਜੀਆਂ ਕੀ 500 ਰੁਪਈਆ ਕਰਾਇਆ ਉਹ ਕਰਜ਼ਾ ਮਿਲਿਆ ਤਾਂ ਸੜਾ ਤਾਇਆ ਕਿਆ ਗੱਲ ਕਰਾਇਆ ਕਿ ਉਥੇ ਪੁਲੀਪੁਰ ਆਪਣਾ ਨਾਮ ਲਿਖਾ ਮਹਤਾ ਜੀ ਇਹ ਕਾ ਕਰਨਿਓ ਲਗੇ ਨੇ ਇਹ ਬੱਚਾ ਨਾਮ ਲਿਖਣਾ ਆਪਣਾ ਹੈ ਮੈਂ ਕਰਜ਼ਾ ਲੈਣੇ ਇਸ ਜਿਹਾ ਸਾ ਮੈਂ ਕਰਜ਼ਾ ਕਿਆ ਹੋਣਾ ਆ ਸੁਦਰੂ ਰਫੀਜੀ ਆਇਸੀਆ ਤਾਂ ਸਾਨੂੰ ਪੈਸੇ ਮਿਲਣਗੇ ਕਈ ਲੋਕ 500 ਰੁਪਏ ਵਿੱਚ ਹੈ ਇਥੋਂ ਜਮੂ ਬਦਲ ਗਿਆ ਮੇਰਾ ਸੋਹਰਾ ਹੀ ਤੂ ਬਦਲ ਗਿਆ ਮੇਰਾ ਸੋਹਰਾ ਪੈਦਲ ਗਿਆ ਪੈਦਲ ਜਾਈਦਾ ਜਮੂ ਤੋਂ 500 ਰੁਪਏ ਆਂਦਾ ਮੇਰੇ ਤਾਇਆ ਗਿਆ ਉਹ ਗੁੰਸਲਾ 20 ਰੁਪਏ ਕਰਾਇਆ ਸਾ ਗੱਡੀ ਨਾਲ ਹੂੰ ਜੇ ਮੁੰ尼 ਬਸ ਜੜ ਨਹੀਂ ਜਾਣੀ ਸੀ 20 ਰੁਪਏ ਕਰਾਇਆ 20 ਰੁਪਏ ਕਰਾਇਆ ਸਾ ਦਗੇ ਰੁੱਤੂ ਆਂਦੀ ਨੇ ਆਣੀ ਤਾਂ ਆਹ ਨਹੀਂ ਹੈ ਲਾਲਚੰਦ ਹੈ ਮੇਰੇ ਤਾਏ ਦਾ ਨਾਂ ਸਾ ਲਾਲਚੰਦ ਇਹ ਪੈਸੇ ਰੱਖੀ ਹੁਣ ਹੈ ਨਹੀਂ ਨਹੀਂ ਮੇਰਾ ਨਾਂ ਕੁਛ ਲਿਆ ਮੰਜ ਲੈ ਸਾ ਗਾਦਾ ਕੁੜੀ ਦੁੱਧ ਵੀ ਸੀ ਗਿਆ ਉਹਨੇ ਆਪਣੇ 500 ਨਹੀਂ ਮੰਜ ਲਈ ਆਹ 500 ਰੁਪਏ ਪਿੱਛੇ ਦੇਖੋ ਦੁਨੀਆ ਕਿਥੇ ਗਈ ਨੇ ਗਰੀਬੀ ਬੜੀ ਦੇਖੀ ਸਾਡੇ ਵੀ ਹੋ ਗਏ ਆਈ ਪੱਕੇ ਮਕਾਨ ਘਰ ਸਾਰਾ ਉਹ ਇਤਨੇ 500 ਰੁਪਿਆ ਵੀ ਉਹਨੇ ਆਣੀ ਜਾਇਆ ਨਹੀਂ ਕੀਤਾ ਅੱਜ ਬੜੀਆਂ ਬੜੀਆਂ ਤਨਖਾਹਾਂ ਦੀਆਂ ਤਾਂ ਕਹੀਂ ਬਚਿਆ ਮਸ਼ਰਾਵਾਂ ਵੀ ਤਵਾ ਕਰੀ ਛੋਨੇ ਹਾਂ ਨਹੀਂ ਇਹ ਮਾਲਕ ਦੀ ਕਿਰਪਾਈ ਥੋੜਾ ਬਰਵਾਸ ਦਸਵੰਦ ਨਹੀਂ ਘਟਨੇ ਉਹ ਮੈਨ ਚੀਜ਼ ਸੀ ਕੋਈ ਚੂਰਮਾ ਪ੍ਰਸ਼ਾਦ ਨਹੀਂ ਛੋੜਿਆ ਐਸ ਰਾਤ ਵੀ ਤੇ ਨਹੀਂ ਕਰਨੇ ਨੇ ਹੁਣ ਲ ਮਤron ਥੋੜਾ ਲੋਕ ਡਰਨੇ ਨਹੀਂ ਕਰਨੇ ਸਮਝ ਸਮਝਣਾ ਸਭ ਕੁਝ ਸਮਝ ਸਮਝਣਾ ਸਭ ਕੁਝ ਕਰਨੇ ਨੇ ਅਸੇ ਨਹੀਂ ਕੋਈ ਚਲੋ ਜੀ ਮਾਤਾ ਜੀ ਬੜੀ ਆਨ ਤੁਹਾਡੀ ਮਦਦ ਹੋ ਰਹੀ ਸੀ ਬਹੁਤ ਬਹੁਤ ਧੰਨਵਾਦ ਸਾੜਾ ਜਿਹੜਾ ਤੁਸੀਂ ਨਹੀਂ ਨਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੋ ਸਾ ਸੰਗਤ ਪ੍ਰੋਗਰਾਮ 1947 ਦਾ ਸੰਤਾਪ ਨਾ ਜੀ ਨਾ ਕਮਾਲ ਹੈ ਤੁਸੀਂ ਗੱਲਾਂ ਸੁਣਾਈ ਅਸੀਂ ਪ੍ਰੋਗਰਾਮ ਦਾ ਮੈਨ ਮਕਸਦ ਜਿੱਥੇ ਬਜ਼ੁਰਗਾਂ ਦੇ ਨਾਲ ਸਾਂਝ ਸੀ ਉੱਥੇ ਜਿੱਥੋਂ ਮੈਂ ਗੱਲ ਤੋਰੀ ਹੈ ਇਹ ਸਾਰਾ ਪਰਿਵਾਰ ਆਪ ਹੀ ਮਾਤਾ ਜੀ ਨੇ ਦੱਸਿਆ ਕਿਸ ਤਰ੍ਹਾਂ ਪਰਿਵਾਰ ਨੂੰਹਾਂ ਬੇਟੇ ਬਹੁਤ ਜ਼ਿਆਦਾ ਇਹਨਾਂ ਦਾ ਵੀ ਜਤਮਾਨ ਔਰ ਜਿਹੜੀਆਂ ਇਹਨਾਂ ਨੇ ਹੱਡ ਪੰਨੀਆਂ ਮਿੰਨ ਤਾਂ ਇਸ ਪਰਿਵਾਰ ਵਾਸਤੇ ਕੀਤੀਆਂ ਨੇ ਸੋਖਾ ਕੰਮ ਨਹੀਂ ਆ ਹੁਣੇ ਵੀ ਮੈਂ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ ਵੀ ਬੜਾ ਬੀਆ ਬਣ ਲੱਕ ਹੈ ਪਰ 50 ਸਾਲ ਪਹਿਲਾਂ ਜਦੋਂ ਇਥੇ ਰਹਿ ਰੇ ਸੀ ਕਿਹੋ ਜਿਹਾ ਇਲਾਕਾ ਹੋਇਆ ਹੋਣਾ ਉਹਨਾਂ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਹੁਤ ਕੰਨਾਂ ਕਾਲ ਕੇ ਇੱਥੋਂ ਜਿਹੜੇ ਸੀ ਉਹ ਮਿਹਨਤਾਂ ਕਰਕੇ ਮੱਝਾਂ گاਵਾਂ ਰੱਖਣੀਆਂ ਔਰ ਤੁਹਾਨੂੰ ਉਹ ਪੁਰਾਣੇ ਘਰ ਵੀ ਦੱਸੀ ਜਿਹੜੇ ਨੇ ਨਾਲ ਦੇ ਨਾਲ ਦੱਸਾਂਗੇ ਵੀ ਜਿਨ੍ਹਾਂ ਘਰਾਂ ਦੇ ਵਿੱਚ ਇਹਨਾਂ ਨੇ ਬਜ਼ੁਰਗਾਂ ਨੇ ਸਾਰੀ ਉਮਰਾਂ ਕੱਢੀਆਂ ਅੱਜ ਇਹਨਾਂ ਦੀ ਮਿਹਨਤ ਦੇ ਸਦਕੇ ਸੁੰਦਰ ਘਰ-ਬਾਰ ਬਣੇ ਹੋਏ ਨੇ ਸੋ ਇਹ ਸਾਰਾ ਸਿਰ ਇਹਨਾਂ ਬਜ਼ੁਰਗਾਂ ਦੇ ਸਿਰਾਂ ਦੇ ਉੱਤੇ ਜਾਂਦਾ ਸੋ ਸਾਧ ਸੰਗਤ ਪ੍ਰੋਗਰਾਮ 1947 ਦਾ ਸੰਤਾਪ ਇਸ ਪ੍ਰੋਗਰਾਮ ਨੂੰ ਜੇ ਤੁਸੀਂ ਮੋਬਾਈਲ ਤੇ ਦੇਖਣਾ ਹੈ YouTube ਤੇ ਪਾਈ ਹਰਮੀ ਸਿੰਘ ਜੰਮੂ ਲਿਖ ਕੇ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਪ੍ਰੋਗਰਾਮ ਦੇਖ ਸਕਦੇ ਹੋ ਬੜੀ ਖੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋ ਗਿਆ ਬੰਦ ਓਨ